देख रहे हो सांची वी न्यूज पोर्टल। संत साई बलवीरनाथ लाल जी डेरा पिंड लल दे अकाल चलाना करन ते सूफी दरगाह प्रबंधक कमेटी पंजाब दे चेयरमैन बाबा मनजीत साबरी डेरा हजरत बाबा गरीब शाह लद्दर खुर्द जी ने दुख जताते हुए सारी संगत नाल दुख सांझा किया। उन्हें कहा कि साई बलवीरनाथ जी एक पाक रूह सन ਅਤੇ ਅਜਿਹੀਆਂ ਪਾਕ ਰੂਹਾਂ ਦੀ ਦੁਨੀਆਂ ਨੂੰ ਬਹੁਤ ਜ਼ਰੂਰਤ ਹੈ। ਉਹਨਾਂ ਸਾਈਂ ਜੀ ਦੇ ਸਮੂਹ ਸ਼ਰਧਾਲੂਆਂ ਨੂੰ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ ਅਤੇ ਪੂਰੀ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਵੱਲੋਂ ਉਹਨਾਂ ਦੇ ਦੁਨੀਆਂ ਤੋਂ ਜਾਣ 'ਤੇ ਦੁੱਖ ਪ੍ਰਗਟ ਕੀਤਾ। ਸਲਾਮ ਅਲੈਕੁਮ, ਮੈਂ ਬਾਬਾ ਮਨਜੀਤ ਸਾਬਰੀ ਹਜ਼ਰਤ ਬਾਬਾ ਗਰੀਬ ਸ਼ਾਹ ਜੀ ਦੇ ਡੇਰੇ ਤੋਂ ਔਰ ਕੱਲ੍ਹ ਸਾਡੇ ਸੰਤ ਜੀ ਸਾਈਂ ਸੰਤ ਸਾਡੇ ਬਾਬਾ ਬਲਵੀਰ ਨਾਥ ਜੀ ਨਾਥਾਂ ਦੀ ਗੱਦੀਆਂ ਤੋਂ ਪਿੰਡ ਲੱਲ ਤੋਂ ਜੀ ਸਰਕਾਰ ਦੇ ਪੜਦਾ ਖੁਸ਼ੀ ਹੋ ਗਈ ਹੈ ਔਰ ਰੱਬ ਜੀ ਨੂੰ ਪਿਆਰੇ ਹੋ ਗਏ ਆ ਔਰ ਸਾਨੂੰ ਬੜਾ ਉਸਦੀ ਘਾਟ ਮਹਿਸੂਸ ਹੋ ਰਹੀ ਆ ਔਰ ਵਖੀਰਾਂ ਦਾ ਤਾਂ ਦੁਨੀਆਂ 'ਤੇ ਆਉਣਾ ਵੀ ਸੱਚ ਹੁੰਦਾ ਤਾਂ ਜਾਣਾ ਵੀ ਸੱਚ ਹੁੰਦਾ ਤਾਂ ਦੁਨੀਆਂ ਵਾਲਿਆਂ ਨੂੰ ਬੜੀ ਘਾਟ ਮਹਿਸੂਸ ਹੁੰਦੀ ਹੈ ਔਰ ਸਾਡੀ ਸੰਸਥਾ ਵੱਲੋਂ ਔਰ ਜਿੰਨੇ ਵੀ ਸਾਡੇ ਉਹਨਾਂ ਦੇ ਸ਼ਰਧਾਲੂ ਆ ਅਸੀਂ ਇਹੀ ਚਾਹੁੰਦੇ ਹਾਂ ਕਿ ਉਹਨਾਂ ਦੀ ਗੱਦੀ ਅੱਗੇ ਬਰਕਰਾਰ ਉਹਨਾਂ ਦੀ ਸ਼ਰਧਾ ਦੇ ਪੁਰ ਸਦਾ ਚੜ੍ਹਦੇ ਰਹਿਣ ਉਹਨਾਂ ਦੇ ਚਲਾਏ ਹੋਏ ਪੂਰਨਿਆਂ 'ਤੇ ਚੱਲਣ ਕਿਉਂਕਿ ਇਸ ਟਾਈਮ ਫਕੀਰਾਂ ਦੀ ਜਿਹੜੀ ਆ ਬਹੁਤ ਘਾਟ ਆ ਦਿਨ ਪਰ ਦਿਨ ਪੈ ਰਹੀ ਆ ਕੁੱਲ ਹਿੰਦੁਸਤਾਨ ਨੂੰ ਕੁੱਲ ਮਖਲੂਕ ਨੂੰ ਪੈ ਰਹੀ ਆ ਔਰ ਅੱਛੀਆਂ ਰੂਹਾਂ ਬਹੁਤ ਘੱਟ ਆ ਰਹੀਆਂ ਆ ਅੱਛੀਆਂ ਰੂਹਾਂ ਜਿਹੜੀਆਂ ਆ ਰੱਬ ਨੂੰ ਪਿਆਰੀਆਂ ਹੋ ਜਾਂਦੀਆਂ ਆ ਰੱਬ ਨੂੰ ਵੀ ਉਹਨਾਂ ਦੀ ਲੋੜ ਆ ਔਰ ਸਾਡੀ ਸੰਸਥਾ ਦੇ ਵੱਲੋਂ ਔਰ ਚੇਅਰਮੈਨ ਪ੍ਰਧਾਨ ਜੀ ਸਾਰਿਆਂ ਦੇ ਵੱਲੋਂ ਸਾਡੇ ਵੱਲੋਂ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੇ ਹਾਂ ਔਰ ਸਾਨੂੰ ਉਹ ਬੜੀ ਘਾਟ ਮਹਿਸੂਸ ਹੋਣੀ ਹੋ ਰਹੀ ਹੈ ਔਰ ਇਹਨਾਂ ਦੇ ਵਿੱਚੋਂ ਔਰ ਸਾਨੂੰ ਇਕੱਲੇ ਪਤਾ ਲੱਗਾ ਕੱਲ੍ਹ ਪਤਾ ਲੱਗਣ 'ਤੇ ਜਾਣਾ ਤਾਂ ਸੀਗਾ ਪਰ ਸਾਨੂੰ ਵਕਤ ਨਹੀਂ ਮਿਲਿਆ। 1 ਵਜੇ ਉਹਨਾਂ ਨੇ ਸਮਾਧੀ ਦਿੱਤੀ ਹੈ ਉਦੋਂ ਬਾਅਦ ਦੇ ਵਿੱਚ ਕੱਲ੍ਹ ਭੰਡਾਰੇ ਦਾ ਵੀ ਉਹਨਾਂ ਦਾ ਪ੍ਰੋਗਰਾਮ ਹੈ ਔਰ ਜਿਨ੍ਹਾਂ ਨੂੰ ਵੀ ਸੰਗਤਾਂ ਨੂੰ ਔਰ ਸਭ ਨੂੰ ਉਹਨਾਂ ਨੂੰ ਆਪਣੇ ਇਹਨਾਂ ਨੇ ਮਹਾਂਪੁਰਸ਼ਾਂ 'ਤੇ ਔਰ ਦੁੱਖ ਮਹਿਸੂਸ ਕਰਨੇ ਚਾਹੀਦੇ ਆ ਜਦੋਂ ਇੱਕ ਸੰਤ ਦੁਨੀਆਂ ਤੋਂ ਜਾਂਦਾ ਆ ਸਿਆਣੇ ਸੱਚ ਕਹਿੰਦੇ ਆ ਸੰਤ ਨਾ ਹੁੰਦੇ ਜਗਤ ਮੇਂ ਸਰਬੇ ਸੰਸਾਰ ਇਹ ਬਹੁਤ ਵੱਡੀ ਘਾਟ ਆ। ਰੱਬ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਮਾਜੇ ਔਰ ਉਹਨਾਂ ਨੂੰ ਸਵਰਗ ਨਸੀਬ ਹੋਵੇ ਔਰ ਇਹ ਨਾਥਾਂ ਦੀਆਂ ਜਿੰਨੀਆਂ ਵੀ ਆ ਮੰਡਲੀਆਂ ਜਿੰਨੀਆਂ ਵੀ ਰੂਹਾਂ ਆ ਔਰ ਸਭ ਇੱਕੋ ਹੀ ਆ ਇੱਥੇ ਦੂਸਰ ਕਿਤੇ ਨਹੀਂ। ਰੱਬ ਇੱਕਿਆ ਸੇਵਾ ਨੇ ਕਿਹਾ ਜਿੱਦਾਂ ਦੀ ਕੋਈ ਸੇਵਾ ਕਰਦਾ ਆ ਉਹੋ ਜਿਹਾ ਫਲ ਰੱਬ ਜੀ ਉਹਨਾਂ ਨੂੰ ਦਿੰਦਾ ਆ। ਇਹ ਰੱਬ ਜੀ ਦਾ ਹੁਕਮ ਹੈ ਔਰ ਸੱਚ ਦੇ ਅੰਦਰ ਹੀ ਖੁਦਾ ਆ ਸੱਚਾ ਹੀ ਖੁਦਾ ਆ ਚਾਹੇ ਵਾਹਿਗੁਰੂ ਕਹੋ ਚਾਹੇ ਰਾਮ ਕਹੋ ਚਾਹੇ ਉਹਨੂੰ ਗੋਡ ਕਹੋ ਸਭ ਇੱਕ ਆ ਔਰ ਰੱਬ ਜੀ ਦੇ ਹੁਕਮ ਦੇ ਉੱਤੇ ਬੰਦਾ ਆ ਰਿਹਾ ਅਤੇ ਰੱਬ ਜੀ ਦੇ ਹੁਕਮ ਨੇ ਬੰਦਾ ਜਾ ਰਿਹਾ ਆ ਇੰਨਾ ਕਹਿੰਦੇ ਔਰ ਖਿਮਾਂਦੇ ਜਾਂ। ਅਪਰਾ ਤੋਂ ਅਜੇ ਸਿੰਘ ਨਾਗੀ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ ਧਾਰਮਿਕ ਪ੍ਰੋਗਰਾਮ ਸੱਭਿਆਚਾਰਕ ਮੇਲੇ ਵਿਆਹ ਸ਼ਾਦੀ ਛਿੰਜ ਮੇਲੇ ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ ਡੀਜੀ ਕੇਬਲ ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।